ਜੇਕਰ ਤੁਸੀਂ ਕੋਈ ਸਪੋਰਟਸ ਇਵੈਂਟ ਕਰਵਾ ਰਹੇ ਹੋ ਅਤੇ ਚਾਹੁੰਦੇ ਹੋ ਕਿ ਇਸ ਇਵੈਂਟ ਦੀ ਕਵਰੇਜ ਪੰਜਾਬੀ ਸਪੋਰਟਸ ਦੀ ਕੀਤੀ ਜਾਵੇ ਤਾਂ ਸਾਨੂੰ ਕੰਟੈਕਟ ਕਰੋ ਅਤੇ ਪੰਜਾਬੀ ਸਪੋਰਟਸ ਦੀ ਟੀਮ ਉੱਥੇ ਜ਼ਰੂਰ ਪਹੁੰਚੇਗੀ। ਆਪਣੇ ਸਪੋਰਟਸ ਇਵੈਂਟ ਦੀ ਲਾਈਵ ਕਵਰੇਜ ਕਰਵਾਉਣ ਲਈ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਹਾਂ, ਦੇਖਦੇ ਹਾਂ ਜਗਜੀਤ ਅਟਵਾਲ ਦੀ ਐਡਵਾਂਸਡ ਬਾਡੀ ਬਿਲਡਿੰਗ ਟ੍ਰੇਨਿੰਗ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਮੈਂ ਜਗਜੀਤ ਅਠਵਾਲ ਪੰਜਾਬੀ ਸਪੋਰਟਸ ਚੈਨਲ 'ਤੇ ਤੁਹਾਡੇ ਲਈ ਜਿਹੜੀ ਐਡਵਾਂਸ ਟ੍ਰੇਨਿੰਗ ਲੈ ਕੇ ਆਇਆ ਹੈਗਾ। ਐਡਵਾਂਸ ਮੈਂ ਇਸ ਕਰਕੇ ਕਹਿੰਦਾ ਹੈਗਾ ਕਿ ਉਹਨੂੰ ਮੈਂ ਥੋੜ੍ਹੀ ਜਿਹੀ ਹੋਰ ਐਵਰੀ ਵੀਕ ਮੈਂ ਉਹਨਾਂ ਨੂੰ ਮੋਡੀਫਾਈ ਕਰਦਾ ਰਹਿੰਦਾ ਕਿ ਤੁਹਾਨੂੰ ਜਿਹੜੀ ਉਹਦਾ ਬੈਨੀਫਿਟ ਮਿਲ ਸਕਣ ਔਰ ਤੁਸੀਂ ਆਪਣੇ ਆਪ ਨੂੰ ਹੋਰ ਇੰਪਰੂਵ ਅਤੇ ਆਪਣੀ ਹੈਲਥ ਨੂੰ ਗੁੱਡ ਬਣਾ ਸਕੋ। ਅਤੇ ਜਿਹੜਾ ਹੁਣ ਮੈਂ ਇਸ ਵੀਕ ਲੈ ਕੇ ਆਇਆ ਹੈਗਾ ਤੁਹਾਡੇ ਲਈ ਟ੍ਰੇਨਿੰਗ, ਉਹ ਬੈਕ ਦੀ ਐਕਸਰਸਾਈਜ਼ ਹੈਗੀ ਹੈ ਜਿਹਨੂੰ ਆਪਾਂ ਲੈਟਸ ਵੀ ਕਹਿ ਦਿੰਦੇ ਹਾਂ, ਬੈਕ ਵੀ ਕਹਿ ਦਿੰਦੇ ਹੈਗੇ ਹਾਂ। ਐਂਡ ਉਹ ਬਹੁਤ ਜ਼ਰੂਰੀ ਹੈਗੀ ਬਿਕੋਜ਼ ਜੇ ਹੁਣ ਤੁਸੀਂ ਦੇਖੋ ਕਿ ਵੀ ਜਿੰਨੇ ਬਾਕਸਰ ਹੁੰਦੇ ਜਾਂ ਕਿਸੇ ਵੀ ਫੀਲਡ ਜਿਨ੍ਹਾਂ ਦੀ ਬੈਕ ਸਟਰੋਂਗ ਹੈਗੀ ਨਾ, ਉਹ ਕਿਸੇ ਵੀ ਫੀਲਡ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੈਟਲ ਕਰ ਸਕਦੇ ਹੈਗੇ, ਆਪਣੇ ਆਪ ਨੂੰ ਇੰਪਰੂਵ ਕਰ ਸਕਦੇ। ਇਸ ਕਰਕੇ ਬੈਕ ਦੇ ਮਸਲ ਔਰ ਬੈਕ ਦੀ ਐਕਸਰਸਾਈਜ਼ ਉਨੀ ਹੀ ਜ਼ਰੂਰੀ ਹੈ ਜਿੰਨੀ ਸਾਡੇ ਲਈ ਬਾਕੀ ਬਾਡੀ ਪਾਰਟ ਦੇ ਮਸਲ ਜ਼ਰੂਰੀ ਹੈਗੇ ਆ। ਤੋ ਅੱਜ ਬੈਕ ਦੇ ਵਿੱਚ ਮੈਂ ਜਿਹੜੇ ਤੁਹਾਡੇ ਲਈ ਲੈ ਕੇ ਆਇਆ ਹੈਗਾ ਉਹਦੇ ਵਿੱਚ ਪਹਿਲੀ ਐਕਸਰਸਾਈਜ਼ ਹੈਗੀ ਆ, ਆਪਾਂ ਉਹਨੂੰ ਚਿਨ ਅਪਸ ਵੀ ਕਹਿ ਦਿੰਦੇ ਹੈਗੇ ਆ, ਉਹਨੂੰ ਪੁੱਲ ਅਪਸ ਵੀ ਕਹਿ ਦਿੰਦੇ ਹੈਗੇ, ਬਟ ਬੈਸਟ ਆਪਾਂ ਉਹਨਾਂ ਦਾ ਨਾਮ ਰੱਖਾਂਗੇ ਪੁੱਲ ਅਪਸ। ਤੋ ਪੁੱਲ ਅਪਸ ਪਹਿਲੀ ਐਕਸਰਸਾਈਜ਼ ਹੈਗੀ ਆ, ਉਹਦੇ 2 ਸੈੱਟ ਕਰਨੇ ਹੈਗੇ ਆ। ਦੂਜੀ ਜਿਹੜੀ ਐਕਸਰਸਾਈਜ਼ ਹੈਗੀ ਆ ਉਹ ਮੈਂ ਤੁਹਾਨੂੰ ਦੱਸਾਂਗਾ, ਆਪਣੇ ਡੰਬਲ ਰੋਇੰਗ ਸਿੰਗਲ ਆਰਮ, ਉਹ ਫਲੈਟ ਬੈਂਚ 'ਤੇ ਕਰਨੀ, ਉਹ ਵੀ ਮੈਂ ਤੁਹਾਨੂੰ ਦੱਸਾਂਗਾ ਉਹਦੇ ਕਿੰਨੇ ਸੈੱਟ ਕਰਨੇ ਆ ਕਿ ਕਿੰਨੇ ਰੈਪੀਟੇਸ਼ਨ ਹੋਣੇ ਚਾਹੀਦੇ ਆ। ਤੋ ਪਹਿਲੀ ਮੈਂ ਸ਼ੁਰੂ ਕਰਦਾ ਹੈਗਾ ਆ ਆਪਣੇ ਪੁੱਲ ਅਪਸ ਤੋਂ ਕਿ ਪੁੱਲ ਅਪਸ ਕਿਉਂ ਜ਼ਰੂਰੀ ਹੈਗੇ ਆ ਐਂਡ ਇਹ ਕਿੰਨੇ ਸੈੱਟ ਕਰਨੇ ਚਾਹੀਦੇ ਆ ਔਰ ਕਿੱਦਾਂ ਬਾਡੀ ਆਪਣੀ ਰੱਖਣੀ ਚਾਹੀਦੀ ਉੱਤੇ, ਪੋਸਚਰ ਕਿੱਦਾਂ ਹੋਣਾ ਚਾਹੀਦਾ। ਪੁੱਲ ਅਪਸ ਦਾ ਇੱਕ ਸਭ ਤੋਂ ਬੈਸਟ ਬੈਕ ਦੀ ਐਕਸਰਸਾਈਜ਼ ਹੈਗੀ ਆ, ਕਿਉਂਕਿ ਜਦੋਂ ਤੁਸੀਂ ਲੈਟ ਪੁੱਲ ਡਾਊਨ ਕਰਦੇ ਹੋ ਨਾ, ਬੈਠ ਕੇ ਸੀਟ ਦੇ ਮਸ਼ੀਨ ਨੂੰ ਉੱਪਰ ਖਿੱਚਣਾ ਲੈਟ ਪੁੱਲ ਡਾਊਨ ਨੂੰ, ਉਹਦੇ ਵਿੱਚ ਤੁਹਾਡੀ ਬੈਕ ਯੂਜ਼ ਹੋ ਰਹੀ ਆ ਪਰ ਇੰਨੀ ਨਹੀਂ ਹੋ ਰਹੀ ਜਦੋਂ ਤੁਸੀਂ ਪੁੱਲ ਅਪਸ ਕਰਨੇ ਹੈਗੇ ਆ ਅਤੇ ਜਾਂ ਚਿਨ ਅਪਸ ਕਰਨੇ ਜਾਂ ਪੁੱਲ ਅਪਸ। ਉਹਦੇ ਵਿੱਚ ਕੀ ਹੈਗਾ, ਜਦੋਂ ਤੁਸੀਂ ਬਾਡੀ ਦਾ ਵੇਟ ਨੂੰ ਉੱਪਰ ਨੂੰ ਲੈ ਕੇ ਜਾਣਾ ਹੈਗਾ, ਉਹਦੇ ਨਾਲ ਤੁਹਾਡੀ ਸਾਰੀ ਬੈਕ ਯੂਜ਼ ਹੋਣੀ ਹੈ ਔਰ ਅਪਰ ਤੋਂ ਲੈ ਕੇ ਲੋਅਰ ਬੈਕ ਤੱਕ, ਜਿਹਦੇ ਵਿੱਚ ਤੁਹਾਡੇ ਲੈਟਮਸ ਡੋਰਸੀ ਮਸਲ, ਰਿਮਬੋਰਡ ਮਸਲਸ, ਤੁਹਾਡੇ ਟਰਪੀਜੀਅਸ ਮਸਲ, ਇਹ ਸਾਰੇ ਹੀ ਵਰਕ ਕਰਨੇ ਆ ਜਦੋਂ ਤੁਸੀਂ ਆਪਣੇ ਪੁੱਲ ਅਪਸ ਕਰਨੇ ਹੈਗੇ ਆ ਔਰ ਇਹਦੇ ਤੁਸੀਂ 2 ਸੈੱਟ ਕਰਨੇ ਹੈਗੇ ਆ। ਹਮੇਸ਼ਾ ਖਿਆਲ ਰੱਖਣਾ ਪੁੱਲ ਅਪਸ ਜਦੋਂ ਕਰਨਾ ਹੈਗਾ ਤੁਹਾਡੀ ਚੈਸਟ ਅਪ ਹੋਣੀ ਚਾਹੀਦੀ ਹੈਗੀ ਹੈ, ਚੈਸਟ ਨੂੰ ਬਾਹਰ ਕੱਢਣਾ ਹੈਗਾ, ਤੁਹਾਡੀ ਬੈਕ ਨੂੰ ਆਰਕ ਕਰਨਾ ਹੈਗਾ, ਉਹਨਾਂ ਕੀ ਹੋਏਗਾ ਬੈਕ ਦੀ ਇੱਕ ਪੋਜੀਸ਼ਨ ਬਣ ਜਾਏਗੀ ਉੱਪਰ ਨੂੰ ਜਾਣ ਲੱਗੇ। ਤਾਂ ਉਹਦੇ ਤੁਸੀਂ ਜਦੋਂ ਆਲਵੇਜ਼ ਮੈਂ ਰਿਕਮੈਂਡ ਕਰਾਂਗਾ ਸਾਰਿਆਂ ਨੂੰ ਕਿ ਹਮੇਸ਼ਾ ਵਾਈਡ ਗ੍ਰਿਪ 'ਤੇ ਪੁੱਲ ਅਪਸ ਕਰੋ, ਕਿਉਂਕਿ ਵਾਈਡ ਗ੍ਰਿਪ 'ਤੇ ਜਦੋਂ ਤੁਸੀਂ ਕਰਦੇ ਤੁਹਾਡੀ ਸਾਰੀ ਬੈਕ ਜਿਹੜੀ ਹੈਗੀ ਆ ਪ੍ਰੋਪਰ ਸਟ੍ਰੈਚ ਹੁੰਦੀ ਆ। ਬਟ ਤੁਸੀਂ ਉਹਨੂੰ ਡਿਫਰੈਂਟ ਡਿਫਰੈਂਟ ਜਿੱਦਾਂ ਕਲੋਜ਼ ਗ੍ਰਿਪ ਪੁੱਲ ਅਪਸ ਹੋ ਗਏ ਜਾਂ ਉਹਨੂੰ ਤੁਸੀਂ ਜਿਹੜੀ ਵਾਈਡ ਗ੍ਰਿਪ ਹੈਗੀ ਆ ਪੁੱਲ ਅਪਸ, ਉਹ ਥੋੜ੍ਹੇ ਹਾਰਡ ਹੁੰਦੇ ਆ ਜਿਹੜੇ ਬਿਗਿਨਰ ਹੈਗੇ ਜਾਂ ਇੰਟਰਮੀਡੀਏ ਹੈਗੇ ਆ, ਜਿਹੜੇ ਪ੍ਰੋਫੈਸ਼ਨਲ ਹੈਗੇ ਆ ਐਨੀ ਫੀਲਡ ਦੇ ਵਿੱਚ ਦੇ ਕੈਨ ਡੂ ਨੋ ਪ੍ਰੋਬਲਮ। ਬਟ ਜਿਹੜੇ ਨਿਊ ਹੈਗੇ ਆ ਉਹਨਾਂ ਨੂੰ ਕੀ ਹੈਗਾ, ਦੇ ਥੱਲੇ ਬੈਂਚ ਰੱਖ ਸਕਦੇ ਜਾਂ ਕਿਸੇ ਦੀ ਸਪੋਰਟ ਲੈ ਸਕਦੇ ਆ ਜਾਂ ਕਿਸੇ ਨੂੰ ਹੈਲਪ ਲਈ ਕਹਿ ਸਕਦੇ ਆ, ਉਹ ਕੀ ਕਰ ਸਕਦੇ ਆਪਣੇ ਕਲੋਜ਼ ਗ੍ਰਿਪ ਕਰ ਸਕਦੇ ਆ, ਫਿਰ ਉਸ ਤੋਂ ਬਾਅਦ ਚੇਂਜ ਕਰਕੇ ਉਹਨਾਂ ਨੂੰ ਆਪਣੇ ਵਾਈਡ ਗ੍ਰਿਪ 'ਤੇ ਲਿਜਾ ਸਕਦੇ ਆ। ਬਟ ਇਹਦੇ ਤੁਸੀਂ ਰੈਪ ਕਰਨੇ ਹੈਗੇ, ਰੈਪੀਟੇਸ਼ਨ ਕਰਨੀ 8 to 10। ਇਹਦੇ ਕਰਨ ਨਾਲ ਇੱਕ ਤਾਂ ਤੁਹਾਡੀ ਸਟਰੈਂਥ ਵਧਣੀ ਹੈਗੀ ਆ, ਤੁਹਾਡੀ ਆਲ ਬਾਡੀ, ਇਹਦੇ ਵਿੱਚ ਕੀ ਹੁੰਦਾ ਤੁਹਾਡੀ 80% ਬੈਕ ਤੁਹਾਡੀ ਯੂਜ਼ ਹੋ ਰਹੀ ਆ, ਬਟ 20% ਤੁਹਾਡੇ ਬਾਈਸੈਪ ਵੀ ਲਿਟ ਬਿਲ ਯੂਜ਼ ਹੋ ਰਹੇ ਆ, ਲਿਟ ਬਿਲ ਸ਼ੋਲਡਰ, ਬਟ ਆਲ ਮੋਸਟ ਇੰਪੋਰਟੈਂਟ ਮਸਲ ਕਿਹੜਾ ਯੂਜ਼ ਹੋ ਰਿਹਾ, ਬੈਕ। ਦੈਟਸ ਵਾਈ ਤੁਹਾਨੂੰ ਪੁੱਲ ਅਪਸ ਦੀ ਐਕਸਰਸਾਈਜ਼, ਹਮੇਸ਼ਾ ਜਦੋਂ ਵੀ ਤੁਸੀਂ ਬੈਕ ਦੀ ਐਕਸਰਸਾਈਜ਼ ਸ਼ੁਰੂ ਕਰਦੇ ਮੈਂ ਰਿਕਮੈਂਡ ਕਰਾਂਗਾ ਕਿ ਪੁੱਲ ਅਪਸ ਤੋਂ ਸ਼ੁਰੂ ਕਰੋ, ਉਹਦੇ ਨਾਲ ਤੁਹਾਡੀ ਬੈਕ ਹੋਰ ਵੀ ਜ਼ਿਆਦਾ ਇੰਪਰੂਵ ਹੋਏਗੀ। ਔਰ ਸੈਕਿੰਡ ਜਿਹੜੀ ਮੈਂ ਤੁਹਾਨੂੰ ਐਕਸਰਸਾਈਜ਼ ਦੱਸਦਾ ਪਿਆ ਉਹ ਹੈਗੀ ਆ ਡੰਬਲ ਰੋਇੰਗ, ਡੰਬਲ ਰੋ, ਉਹ ਹੈਗੀ ਆ ਆਪਣੇ ਬੈਂਚ 'ਤੇ ਤੁਸੀਂ ਲੱਤ ਆਪਣੀ ਨੂੰ ਇੱਕ ਨੂੰ ਰੱਖ ਕੇ ਇੱਕ ਨੂੰ ਥੱਲੇ ਰੱਖ ਕੇ ਔਰ ਜਿਹੜੀ ਲੱਤ ਨੂੰ ਉੱਪਰ ਰੱਖਣਾ ਉਹਦੀ ਓਪੋਜ਼ਿਟ ਆਰਮ ਦੇ ਨਾਲ ਤੁਸੀਂ ਡੰਬਲ ਦੇ ਨਾਲ ਰੋ ਕਰਨਾ ਹੈਗਾ। ਇਹਦੇ ਤੁਸੀਂ 2 ਸੈੱਟ ਕਰਨੇ ਹੈਗੇ ਔਰ 8 to 10 ਰੈਪੀਟੇਸ਼ਨ। ਇਹਦੇ ਵਿੱਚ ਕੀ, ਇਹਦੇ ਵਿੱਚ ਵੀ ਤੁਸੀਂ ਆਪਣੀ ਬੈਕ ਨੂੰ ਆਰਕ ਰੱਖਣਾ ਹੈਗਾ, ਚੈਸਟ ਨੂੰ ਅਪ ਰੱਖਣਾ ਹੈਗਾ, ਅਤੇ ਜਿਹੜੇ ਤੁਹਾਡਾ ਡੰਬਲਸ ਹੈਗਾ ਆ ਉਹ ਤੁਸੀਂ ਸ਼ੋਲਡਰ ਦੀ ਲੈਨ ਦੇ ਵਿੱਚ ਸਟਰੇਟ ਰੱਖਣਾ ਹੈਗਾ, ਨਾ ਅੱਗੇ ਰੱਖਣਾ ਨਾ ਪਿੱਛੇ। ਹਮੇਸ਼ਾ ਯਾਦ ਰੱਖੋ ਜੋ ਸ਼ੋਲਡਰ 'ਚ ਆਪਣੇ ਡੰਬਲ ਨੂੰ ਤੁਸੀਂ ਚੱਕਣਾ ਹੈਗਾ ਉਹ ਤੁਹਾਡੇ ਸ਼ੋਲਡਰ ਦੇ ਸਟਰੇਟ ਲੈਵਲ 'ਤੇ ਹੋਵੇ ਜਦੋਂ ਤੁਸੀਂ ਡੰਬਲ ਰੋ ਕਰਦੇ ਪਏ ਜਾਂ ਡੰਬਲ ਰੋਇੰਗ ਕਰਦੇ ਪਏ ਆ ਔਨ ਫਲੈਟ ਬੈਂਚ। ਐਂਡ ਇਹਦੇ ਤੁਸੀਂ ਜਦੋਂ ਤੁਸੀਂ ਸੈੱਟ ਕਰਨੇ ਹੈਗੇ ਆ 2 ਸੈੱਟ, 8 to 10 ਰੈਪੀਟੇਸ਼ਨ, ਇਹਨਾਂ ਵੀ ਤੁਹਾਡੀ ਬੈਕ ਦੇ ਮਸਲ ਸਾਰੇ ਇੰਪਰੂਵ ਹੋਣਗੇ, ਜਿਹਦੇ ਵਿੱਚ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਲੈਡਮਸ ਡੋਰੇਸੀ, ਤੁਹਾਡੇ ਰਿਮਬੋਇਡ ਮਸਲ, ਟਰਪੀਜੀਅਸ ਮਸਲ। ਬਟ ਇੱਕ ਗੱਲ ਦਾ ਖਿਆਲ ਰੱਖਣਾ ਹੈਗਾ ਕਿ ਜਰਕ ਨਹੀਂ ਕਰਨੀ ਹੈਗੀ, ਕਿਉਂਕਿ ਮੈਂ ਜਰਕ ਜਦੋਂ ਵੀ ਤੁਸੀਂ ਯੂਜ਼ ਕਰਦੇ ਹੈਗੇ ਨਾ ਉਹਦੇ ਵਿੱਚ ਤੁਹਾਡੀ ਜਿਹੜੀ ਬੋਡੀ ਪੋਸਚਰ ਜਾਂ ਤੁਹਾਡੀ ਐਕਸਰਸਾਈਜ਼ ਦੀ ਫਾਰਮ ਸਾਰੀ ਗਲਤ ਹੋ ਜਾਂਦੀ, ਫਿਰ ਉਹ ਤੋਂ ਤੁਹਾਨੂੰ ਬੈਨੀਫਿਟ ਨਹੀਂ ਮਿਲਦਾ ਜਿੰਨਾ ਤੁਹਾਨੂੰ 90% ਮਿਲਣਾ ਚਾਹੀਦਾ, ਤੁਹਾਨੂੰ 50% ਮਿਲਦਾ। ਇਸ ਕਰਕੇ ਯੂ ਹੈਵ ਟੂ ਲੁੱਕ ਵੈਨ ਯੂ ਡੂਇੰਗ ਯੂਰ ਐਕਸਰਸਾਈਜ਼।
कि किन्ने तुसी रैप करने हैगे, बॉडी पोस्चर किन्ना होना चाहिए, पोस्चर कितने होना चाहिए। एंड जो तुसी ये फिनिश सैट करोगे तो अपनी बैक दे मसल और तो आप ही फील होगा कि हाँ मैं अज बैक की एक्सरसाइज की है। ये तुसी दो सैट करो, 8 से 10 रेपिटेशन, ये दो एक्सरसाइजा पुल अप एंड डंबल रो, ये दो एक्सरसाइजा तुसी करोगे तो बैक होर भी इंप्रूव होएगी और तुसी होर भी ज़्यादा स्ट्रोंग होगे। नेक्स्ट वीक मैं तुहाडे लई होर भी इसे तरह एडवांस ट्रेनिंग लैके आवांगा। जगजीत अठवाल, पंजाबी स्पोर्ट्स, स्टे हेल्थी। पंजाबी स्पोर्ट्स दा साडा अज दा सफर इत्थे खत्म हुंदा है। तुसी सानू punjabisports.com, फेसबुक अते यूट्यूब ते जाके फॉलो कर सकते हो। कोई फीडबैक देनी होवे तो सानू फोन या ईमेल भी कर सकते हो। I'll leave you on a last note that the purpose of life is a life of purpose. I'm your host Puneet with more sports updates. I will see you next week.